ਪਿਛਲੇ ਕਈ ਦਿਨਾਂ ਤੋਂ 2 ਸਾਲ ਬੀਤ ਗਏ ਆ। 2 ਸਾਲ ਬੀਤਣ ਤੋਂ ਬਾਅਦ ਵੀ, 2 ਬਜਟ ਪੇਸ਼ ਹੋਣ ਤੋਂ ਬਾਅਦ ਵੀ ਇੱਕ ਵੀ ਵਾਅਦਾ ਕਾਂਗਰਸ ਨੇ ਪੂਰਾ ਨਹੀਂ ਕੀਤਾ। ਭਾਵੇਂ ਉਹ ਕਿਸਾਨੀ ਨਾਲ ਹੈ, ਭਾਵੇਂ ਉਹ ਦਲਿਤ ਨਾਲ ਹੈ, ਭਾਵੇਂ ਉਹ ਨੌਜਵਾਨਾਂ ਨਾਲ ਹੈ, ਭਾਵੇਂ ਉਹ ਬੈਕਵਰਡ ਕਲਾਸ ਨਾਲ ਹੈ, ਭਾਵੇਂ ਉਹ ਵਪਾਰੀ ਨਾਲ ਹੈ, ਭਾਵੇਂ ਉਹ ਇੰਡਸਟਰੀ ਨਾਲ। ਅੱਜ ਉਹ ਸਾਰੇ ਮੁੱਦੇ, ਪਹਿਲਾਂ ਅਸੀਂ ਕਿਸਾਨੀ ਦਾ ਚੁੱਕਿਆ, ਫਿਰ ਟੀਚਰਾਂ ਨਾਲ ਧੱਕੇਸ਼ਾਹੀ ਦਾ ਚੁੱਕਿਆ, ਅੱਜ ਅਸੀਂ ਮੋਬਾਈਲ ਲੈ ਕੇ ਆਏ ਹਾਂ। ਪਤਾ ਨਹੀਂ ਕਾਂਗਰਸ ਨੇ ਮੋਬਾਈਲ ਕਦੋਂ ਦੇਣੇ ਆ, ਮਗਰ ਅਸੀਂ ਅੱਜ ਦੇ ਕੇ ਚੱਲੇ ਹਾਂ। ਇਸ ਮੋਬਾਈਲ ਦਾ ਫਾਇਦਾ ਹੀ ਫਾਇਦਾ, ਇਹਦੀ ਕੋਈ ਹੈਲਥ ਹੈਜ਼ਰਡ ਨਹੀਂ, ਜਿੰਨਾ ਮਰਜ਼ੀ ਵਰਤੋ, ਇਹਦੀ ਬੈਟਰੀ ਨਹੀਂ ਕਦੇ ਡਾਊਨ ਹੋਣੀ, ਇਹ 'ਚ ਰੋਮਿੰਗ ਇੰਟਰਨੈਸ਼ਨਲ ਰੋਮਿੰਗ ਫ੍ਰੀ ਹੈ। ਇਹ CID ਵਾਲਿਆਂ ਦੇ ਬੜੇ ਕੰਮ ਆਉਣਾ। ਭਾਵਰਾ ਸਾਹਿਬ ਨੇ ਹੋਰ ਕੋਈ DGP ਇੰਟੈਲੀਜੈਂਸ ਦੇ ਫੋਨ ਚੁੱਕਣ ਨਾ ਚੁੱਕਣ, ਇਹ ਜਦ ਇਤਰਾ ਵੱਜਿਆ ਉਹਨਾਂ ਨੇ ਚੁੱਕ ਲੈਣਾ। ਘਰ ਘਰ ਨੌਕਰੀ ਦਾ ਸੁਨੇਹਾ ਇਹਦੇ 'ਤੇ ਆਉਣਾ। ਇਸ ਲਈ ਇਹਦੇ 'ਚ ਫਾਇਦੇ ਹੀ ਫਾਇਦੇ ਆ, ਕੋਈ ਨੁਕਸਾਨ ਨਹੀਂ। ਅੱਜ ਅਸੀਂ ਚਾਹੁੰਦੇ ਹਾਂ ਕਿ ਸ਼ਾਇਦ ਸੁੱਤੀ ਪਈ ਕਾਂਗਰਸ ਜਾਗ ਜੂ, ਅਤੇ ਕਾਂਗਰਸ ਦਾ ਫੋਨ ਫਿਰ ਅਸੀਂ ਕਹਿੰਦੇ ਜਾਂ ਤਾਂ ਆਈਫੋਨ ਨੌਜਵਾਨਾਂ ਨੂੰ ਦੇਣ, ਚੰਗੀ ਕੁਆਲਿਟੀ ਦੇ ਦੇਣ, ਫਿਰ ਤਾਂ ਕੋਈ ਨਹੀਂ। ਮਗਰ ਜੇ ਉਹ ਜੇ ਮੇਡ ਇਨ ਚਾਈਨਾ ਜਾਂ ਮਾੜੀ ਕੁਆਲਿਟੀ ਦਾ ਕੋਈ ਫੋਨ ਦੇਣਾ, ਜਿਹਦੀ ਬੈਟਰੀ ਪਾਰਟ ਜੇ, ਉਹਦੇ ਮੈਂ ਸਖਤ ਵਿਰੋਧ 'ਚ ਰਹੂੰਗਾ। ਕਿਉਂਕਿ ਨੌਜਵਾਨ 50 ਲੱਖ 55 ਲੱਖ ਨੌਜਵਾਨ ਹੈ ਜਿਹਨੂੰ ਅੱਜ ਤੱਕ ਇਹ ਵਹਿਦੇ ਘਰ ਘਰ ਨੌਕਰੀ ਦੇ, ਮੋਬਾਈਲ ਫੋਨਾਂ ਦੇ, ਬੇਰੋਜ਼ਗਾਰੀ ਭੱਤੇ ਦੇ, ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ। ਸਭ ਨੂੰ ਠੱਗਣ ਦਾ ਕੰਮ ਕੀਤਾ, ਸਭ ਨੂੰ ਮਿਸਲੀਡ ਕਰਨ ਦਾ ਕੰਮ।